ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਇਸ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਲਈ ਮੈਂ ਲੈ ਕੇ ਆਇਆ ਹਾਂ। ਉਸ ਦੇ ਵਿੱਚ ਜਿਹੜੀ ਹੈ ਜੀ ਵੀਡੀਓ ਦੀਆਂ ਭਰਤੀਆਂ ਆਊਟ ਕੀਤੀਆਂ ਗਈਆਂ ਨੇ ਵਿਧਾਨ ਸਭਾ ਵੱਲੋਂ, ਡਿਪਾਰਟਮੈਂਟ ਵੱਲੋਂ। ਸੋ ਇਸ ਦੇ ਵਿੱਚ ਤੁਹਾਡੀ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ। ਪਲੱਸ ਟੂ ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ। ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਤੁਹਾਨੂੰ ਅੱਗੇ ਮੈਂ ਦੱਸਾਂਗਾ। ਸਿਲੈਕਸ਼ਨ ਪ੍ਰੋਸੈਸ ਕੀ ਹੋਏਗਾ, ਤੁਹਾਡਾ ਸਿਲੇਬਸ ਕੀ ਹੋਏਗਾ ਅਤੇ ਬਾਕੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਮੈਂ ਅੱਗੇ ਵੀਡੀਓ ਸ਼ੇਅਰ ਕਰਨ ਜਾ ਰਿਹਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਦੇ ਹੋਏ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲੈਣਾ, ਪਲੱਸ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸੋ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ SSC ਵੱਲੋਂ ਆਊਟ ਕੀਤਾ ਗਿਆ, ਜਿਸ ਦੇ ਵਿੱਚ ਵੀਡੀਓ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਔਨਲਾਈਨ ਸਿਰਫ ਐਪਲੀਕੇਸ਼ਨ ਜਿਹੜੀਆਂ ਨੇ ਉਹ ਇਨਵਾਈਟ ਕੀਤੀਆਂ ਗਈਆਂ ਨੇ, ਕੋਈ ਵੀ ਅਦਰ ਮੋਡ ਨਹੀਂ ਹੈ ਇਹਦੇ ਲਈ ਅਪਲਾਈ ਕਰਨ ਦਾ, ਸਿਰਫ ਔਨਲਾਈਨ ਤੁਸੀਂ ਅਪਲਾਈ ਕਰਨਾ ਹੋਊਗਾ। ਇਸ ਦੇ ਵਿੱਚ ਜਿਹੜੀਆਂ ਪੋਸਟ ਆਊਟ ਕੀਤੀਆਂ ਗਈਆਂ ਨੇ ਉਹ ਹੈਗੀਆਂ ਨੇ ਵਿਲੇਜ ਡਿਵੈਲਪਮੈਂਟ ਆਫਿਸਰ ਦੀਆਂ, ਜਿਸ ਦੇ ਵਿੱਚ ਟੋਟਲ 1468 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸੈਲਰੀ ਸਕੇਲ ਦੀ ਗੱਲ ਕਰਾਂ ਇੱਥੇ ਤਾਂ 12th ਪਾਸ ਜਿਹੜੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ, ਪਲੱਸ ਐਡੀਸ਼ਨਲ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਤੁਸੀਂ ਇਹਨਾਂ ਦੇ ਨੋਟੀਫਿਕੇਸ਼ਨ ਤੋਂ ਜਾ ਕੇ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਡੇਟ ਨੇ ਉਹਦੇ ਵਿੱਚ 23 ਮਈ ਤੋਂ ਅਪਲਾਈ ਕਰਨਾ ਜਿਹੜਾ ਸਟਾਰਟ ਹੋ ਜਾਵੇਗਾ। 12 ਜੂਨ ਜਿਹੜੀ ਹੈ ਜੀ ਇਹਦੀ ਲਾਸਟ ਡੇਟ ਹੈਗੀ ਹੈ, ਹਾਲੇ ਔਨਲਾਈਨ ਜਿਹੜਾ ਅਪਲਾਈ ਕਰਨਾ ਸ਼ੁਰੂ ਨਹੀਂ ਹੋਇਆ। ਸੋ ਤੁਸੀਂ ਇਹਦੇ ਲਈ ਪਹਿਲਾਂ ਵੇਟ ਕਰ ਲੈਣਾ, ਜਦੋਂ ਔਨਲਾਈਨ ਅਪਲਾਈ ਕਰਨਾ ਸ਼ੁਰੂ ਹੋਏਗਾ ਤਾਂ ਅਪਲਾਈ ਕਰ ਸਕਦੇ ਹੋ ਜੀ। ਜਿੱਦਾਂ ਮੈਂ ਦੱਸਿਆ ਸਿਰਫ ਔਨਲਾਈਨ ਅਪਲਾਈ ਕਰਨਾ, ਪਲੱਸ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ ₹25 ਤੁਸੀਂ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਜਨਰਲ, EWS, OBC, SC, ST, PWBD, ਤਾਂ ਤੁਸੀਂ ਸਿਰਫ ਔਰ ਸਿਰਫ ₹25 ਪੇ ਕਰਨੇ ਹੈ ਜੀ। ਕੋਈ ਵੀ ਅਦਰ ਅਮਾਊਂਟ ਜਿਹੜੀ ਹੈ ਤੁਸੀਂ ਪੇ ਨਹੀਂ ਕਰਨੀ ਹੈ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਇੱਕ ਕੰਬਾਈਨ ਟੈਸਟ ਹੋਏਗਾ, ਜੋ ਕਿ ਇੱਕ ਰਿਟਨ ਟੈਸਟ ਹੋਣ ਵਾਲਾ। ਇਸ ਦਾ ਸਿਲੇਬਸ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਦੇ ਨਾਲ ਦਿੱਤਾ ਹੋਇਆ ਜੀ, ਚੈੱਕ ਕਰ ਲੈਣਾ। ਮੈਡੀਕਲ ਐਗਜ਼ਾਮ ਹੋਏਗਾ, ਦੈਨ ਲਾਸਟ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਥਰੂ ਤੁਹਾਡੀ ਓਵਰਆਲ ਸਿਲੈਕਸ਼ਨ ਜਿਹੜੀ ਹੈ ਜੀ ਉਹ ਇਸ ਦੇ ਵਿੱਚ ਹੋਣੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ, ਇਸ ਦੇ 40 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਪਲੱਸ ਜਿਹੜੀ ਏਜ ਰਿਲੈਕਸੇਸ਼ਨ ਹੈ ਸਿਰਫ ਉਹਨਾਂ ਨੂੰ ਦਿੱਤੀ ਜਾਵੇਗੀ ਜਿਹੜੇ ਕੈਂਡੀਡੇਟ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਜੀ। ਸੋ ਉਹਨਾਂ ਕੋਲ ਸਰਟੀਫਿਕੇਟ ਅਵੇਲੇਬਲ ਆ, ਉਹ ਹੀ ਅਪਲਾਈ ਕਰ ਪਾਣਗੇ। ਲਿੰਕ ਵੀ ਮਿਲ ਜਾਂਦਾ ਤੁਹਾਨੂੰ ਨੀਚੇ, ਤੁਸੀਂ ਲਾਸਟ ਵਿੱਚ ਆਓਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਅਪਲਾਈ ਔਰ ਨੋਟੀਫਿਕੇਸ਼ਨ ਦਾ ਲਿੰਕ, ਦੋਨੋਂ ਮੈਂ ਤੁਹਾਨੂੰ ਦਿੱਤੇ ਹੋਏ ਨੇ। ਜਲਦੀ ਨਾਲ ਚੈੱਕ ਕਰਕੇ ਜਾ ਕੇ ਅਪਲਾਈ ਕਰ ਲਓ। ਫਿਰ ਵੀ ਤੁਹਾਨੂੰ ਕੋਈ ਡਾਊਟ ਹੋਏਗਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਲਿੰਕ ਬਾਕੀ ਡਿਸਕ੍ਰਿਪਸ਼ਨ 'ਚ ਇਸ ਪੋਸਟ ਦਾ ਮਿਲ ਜਾਵੇਗਾ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।